اللہ اکبر، نعرہ رسالت یا رسول اللہ، نعرہ رسالت، نعرہ حیدری، نعرہ حیدری، دعا برائی حجت خدا. ماشاءاللہ، لا حول ولا قوت الا باللہ العلی العظیم. بسم اللہ الرحمن الرحیم. اللہم کل ولی کل حجت ابن الحسن علیہ السلام صلواتک علیہ وعلی آبائہ فی حاضر سات و فی کل سات من سات لیل و نہار ولیم و حافظم و قائدم و ناصرم و دلیلم و اینن حتی تسکنہو و ارزکا تمن و تمتعہو فیہا طویلا. بسم اللہ الرحمن الرحیم. یا صاحب زمان ادرکنا ولا تلکنا بحق جدتکا سیدہ فاطمہ تو زہرا. صلوات بواز بلند پڑھو. ہما صلی اللہ. بسم اللہ الرحمن الرحیم. یا کاشف الکرب الوجل حسین علیہ السلام، اکشف کربی و کرب المومنین بحق اخیک الحسین علیہ السلام. یا باب الحویج، یا حجاب ام المصیب، ادرکنی فی سبیل اللہ. اللهم صل على محمد وآل محمد وعجل فرج آل محمد. شاہ فرمایا میرا سونا بچڑا. جی بسم اللہ. آدھا پیا شاہ فرمایا میرا سونا بچڑا، تے شالا تا جیوے جاگ تے چاچا تیڈا جیندہ ودے ایک تے بچڑے دی تاک تے. فرمیند ناسن بھرا میں کو یاد ویں دے ہائے جڑا دید پوندیے تیری پاگ تے سیدہ دے دستے کون کیویں میں موت دو ٹورا تیری ماں دے آنکھے لگ کے. بس کوئی لمبی چھوڑی انتظار نہیں، اتھو شروع پیا کریں دا. مظلوم ٹورین بھین نے بھرا کو ساد مارے میری سینہ دی بن رہے آستے مہندی تے مہندی آستے پانی امام ادھن پانی آپ گول مہندی آپ گول جرومنہ ہی تویکھے میڈے پاسے بی بی نے خالی جام چاہ کے میں اکھا گے رکھے تے فرمیندن وس پو میں کو پانی چاہی دے تھوڑا جا کٹھایا اس بی بی کو لے آئی جن دی اولاد کوئی نہیں بی بی آدھی تین کتھوں ملے فرمیندن کہیں چشمے دے نہیں تیری بھین دی اکھان دا پانی ہے بی بی آدھی تمہیں دی گول تے میں براتی بلاواں کنڈ پچھوں حبش دی شہزادی دی رومن دی آواز آئیے تے فرمیندن جے براتی تساں بلاونے آن میں زندگی کیوں منگی ہے غیر تلو تھوڑے علاقے چ کاٹ تقسیم تھین دن لوگ آن دن حبش دی شہزادی دی حالت کیڑی ہے وال کھلیوں ہیں کمر بدھی ہوئی ہے
ਤੇ ਰੋ ਰੋ ਕੇ ਵਧੀਆਂ ਦੀ ਕਾਸਿਮ ਸਿਹਰੇ ਪੀਆਂ ਪੈਂਦੇ। ਸਾਰੀਆਂ ਬੀਬੀਆਂ ਵਾਲੀਆਂ ਟੁਰੀਏ, ਸਾਰੀਆਂ ਬੀਬੀਆਂ ਸ਼ਹਿਜ਼ਾਦੇ ਕਾਸਮ ਦੀ ਅੰਮਾ ਦੇ ਖੇਮੇ ਦੋ ਟੁਰੀਏ। ਹੋ ਜਵਾਨੋ ਇੱਕ ਬੀਬੀਏ, ਜਿਹੜੀ ਨਹੀਂ ਟੁਰਦੀ ਦੋਵੇਂ ਹੱਥ ਸਰ ਤੇ ਰੱਖੀ ਖੜੀਏ। ਕੂਫੇ ਵਾਲੇ ਪਾਸੇ ਮੂੰਹ ਕਰਕੇ ਆ ਦੀਏ, ਵਾਲਾਵਾ ਮੇਡੇ ਸੋਹਣੇ ਬਚੜੇ, ਉਹ ਮਾਵੇ ਦੇ ਪੁੱਤਰ ਦੀ ਸ਼ਾਦੀ ਏ, ਮੇਡੇ ਸੋਹਣੇ ਬਚੜੇ। ਬਿਸਮਿਲਾ ਸਮਝ ਗਏ ਉਹ ਕੋਣੇ, ਮੇਡੇ ਅਲਮਾਨ ਸ਼ੇਰ ਦੀ ਭੈਣੇ। ਸਾਰੀਆਂ ਬੀਬੀਆਂ ਸ਼ਹਿਜ਼ਾਦੇ ਕਾਸਮ ਦੀ ਅੰਮਾ ਦੇ ਖੇਮੇ 'ਚ ਇਕੱਠੀਆਂ ਹੋ ਗਈਆਂ। ਹੁਣ ਮੇਡੇ ਮਾਮ ਨੇ ਹੱਕਲ ਮਾਰੀ, ਅਸਗਰ ਦੀ ਅੰਮਾ ਪੋਸ਼ਾਕ ਨਿਓ, ਬੀਬੀਆਂ ਦੀਏ ਨਵੀਂ ਕੋਈ ਨਹੀਂ, ਇਮਾਮ ਦੇ ਨਵੀਂ ਡੇਵਣੀ ਨਹੀਂ। ਮੇਡਾ ਤਬਰੁਕਾ ਤਲਾ ਸੰਦੂਕ ਖੋਲੋ, ਉਹਦੇ 'ਚ ਮੇਰੇ ਹਸਨ ਭਰਾ ਦੀ ਪੋਸ਼ਾਕ। ਮੈਂ ਅੱਜ ਕੁੰਭਰਾ ਦੀ ਛਵੀ ਬਣੇ ਨਾ, ਹਾਏ ਤਾਂ ਕਰਨਾ ਫਰਮੈਂਦੇ। ਮੈਂ ਅੱਜ ਕੁੰਭਰਾ ਦੀ ਛਵੀ ਬਣੇ ਨਾ, ਇਮਾਮਾ ਵੀ ਭਰਾ ਲੱਭਦਾਏ, ਸੇਰਾ ਵੀ ਪਵਾਏ ਸ਼ਬੀਰ ਨੇ। ਹੁਣ ਤੁਸਾਂ ਜਾਣਦੇ ਹੋ, ਜਦੋਂ ਇੱਕ ਬਨੜਾ ਸੇਰਾ ਪਾ ਖੜੋਵੇ, ਸੇਰੇ ਦੀਆਂ ਲੜੀਆਂ ਚੇਂਦੇ ਤੇ ਵਾਲਬ ਦੇ ਕਦਮਾਂ 'ਤੇ ਝੁਕਦੇ। ਸ਼ਹਿਜ਼ਾਦ ਸੇਰੇ ਦੀਆਂ ਲੜੀਆਂ ਚਾ ਕੇ ਡਿੱਠੇ, ਬਾਬਾ ਨਜ਼ਰ ਨਹੀਂ ਆਇਆ। ਮਾਂ ਦੀ ਆਵਾਜ਼ ਆਉਂਦੀ ਹੈ, ਚਾਚੇ ਦੇ ਕਦਮਾਂ 'ਤੇ ਝੁੱਕ। ਇਹਨੂੰ ਸ਼ਹਿਜ਼ਾਦਾ ਚਾਚੇ ਦੇ ਕਦਮਾਂ 'ਤੇ ਝੁਕੇ, ਸ਼ਬੀਰ ਹੱਕਲ ਮਾਰੀਏ, ਅਸਗਰ ਦੀ ਅੰਮਾ ਕੁਝ ਸਦਕਾ ਲੈ ਆ। ਮੈਂ ਬਚੜੇ ਦਾ ਸਦਕਾ ਦੇਣਾ, ਅਸਗਰ ਦੀ ਅੰਮਾ ਪੀਘੇ ਚੂ ਅਸਗਰ ਚਾਏ, ਆਵਾਜ਼ ਆਉਂਦੇ ਸਦਕਾ ਦੇ ਸ਼ਾਲਾ ਬਨਰਾ ਬਚ ਪੋਵੀ। ਆਖਰੀ ਮੇਣ, ਮੇਰੇ ਮਾਮ ਨੇ ਪੁੱਤਰ ਕੋ ਸਵਾਰ ਕਰਾਏ, ਸ਼ਹਿਜ਼ਾਦਾ ਮੈਦਾਨ ਚ ਆਏ, ਅਰਜ਼ਖਨਾਮੀ ਮਲਾਉ ਨੇ। ਹੁਣ ਤੁਸਾਂ ਜਾਣਦੇ ਹੋ, ਸਰਕਾਰੇ ਵਫਾ ਉਸਤਾਦ ਸ਼ਹਿਜ਼ਾਦੇ ਕਾਸਿਮ ਸ਼ਗਿਰਦਿਨ, ਮੇਡਾ ਅਲਮਾ ਲਟਿਬੇ ਤੇ ਛੜੇ, ਫਰਮਿੰਦਨ ਮੇਡਾ ਲਾਲ ਜਿਵੇਂ ਮੈਂ ਤੱਕੂ ਅੱਖਾਂ ਇਵੇਂ ਕਰੇ। ਅਬਾਸ ਦੀ ਆਵਾਜ਼ ਪਈ ਆਉਂਦੀ ਹੈ, ਵਾਗਾਂ ਝਲ ਸ਼ਹਿਜ਼ਾਦੇ ਵਾਗਾਂ ਝਲੀਆਂ, ਘੋੜੇ ਕਰੀਬ ਆਏ ਮੁਕੇਂਦਾ ਪੀਆਂ। ਅਬਾਸ ਦੀ ਆਵਾਜ਼ ਪਈ ਆਉਂਦੀ ਹੈ, ਸੱਜੀ ਵਾਕ ਕੁ ਪਕੜ ਕੇ ਰੱਖ, ਜਿਹੜੇ ਵੇਲੇ ਮੈਂ ਆਖਾਂ ਹੀ ਵਾਕ ਕੁ ਝਟਕਾ ਦੇਵੇ, ਇਹ ਬਗੈਰਤ ਮਾਰਨ ਦਾ ਇਰਾਦਾ ਕੀਤੇ। ਅਬਾਸ ਦੀ ਆਵਾਜ਼ ਪਈ ਆਉਂਦੀ ਹੈ, ਸੱਜੀ ਵਾਕ ਕੁ ਝਟਕਾ, ਕਾਸਿਮ ਝਟਕਾ ਦਿੱਤੇ, ਇਹਦੇ ਇੱਥੋਂ ਗੁਰਜ ਰੱਠੇ ਤੇ ਜ਼ਮੀਨ ਤੇ ਗਏ। ਹੁਣ ਗਾਜ਼ੀ ਦੀ ਆਵਾਜ਼ ਪਈ ਆਉਂਦੀ ਏ, ਮੇਡਾ ਲਾਲ ਰਕਾਬਾਂ ਤੇ ਖੜਾ ਹੋ ਵੰਜ, ਹੁਣ ਹਮਲਾ ਕਰ। ਕਾਸਿਮ ਹਮਲਾ ਕੀਤਾ, ਇਹਦੇ ਦੋ ਟੁਕੜੇ ਥੇ, ਮੈਂ ਕੁ ਮਿੰਬਰ ਹੁਸੈਨ ਦੀ ਕਸਮੇ। ਅੱਬਾਸ ਖੁਸ਼ੇ, ਹਰ ਪਰਦਾਦਾਰ ਬੀਬੀ ਵੀ ਖੁਸ਼ੇ, ਜਿਹੜਾ ਮਾਂ ਕੁ ਮੁਸੱਲੇ ਤੇ ਪਤਾ ਲੱਗੇ, ਜੋ ਮੇਰੇ ਬਚੜੇ ਦੀ ਫਤਿਹ ਹੋ ਗਈ ਏ। ਇੱਕ ਵਾਰੀ ਉੱਠੀਏ, ਵੱਤ ਜਾਣ ਪਈਏ, ਮੈਦਾਨ ਵਾਲੇ ਪਾਸੇ ਬਾਈ ਵਧਾਈਏ, ਰੋ ਕੇ ਆਦੀਏ ਜਿਵੇਂ ਲੜਦਾ ਵਧੇ, ਅੱਜ ਬਾਬੇ ਹੋਵੇ।